ਅੱਜ ਅਸੀਂ ਫਤਿਹਗੜ੍ਹ ਸਾਹਿਬ ਦੀ ਉਸ ਪਾਵਨ ਮੁਕੱਦਸ ਧਰਤੀ ਤੇ ਮੌਜੂਦ ਆ ਜਿੱਥੇ ਕਿ ਅੱਜ ਤੋਂ ਸ਼ਹੀਦੀ ਸਭਾ ਦੀ ਸ਼ੁਰੂਆਤ ਹੋ ਚੁੱਕੀ ਹੈ। ਹਰ ਸਾਲ ਛੋਟੇ ਸਾਹਿਬਜ਼ਾਦਿਆਂ ਤੇ ਦਾਦੀ ਮਾਂ ਨੂੰ ਉਹਨਾਂ ਦੀ ਯਾਦ ਵਿੱਚ ਪਵਿੱਤਰ ਯਾਦ ਦੇ ਵਿੱਚ ਹਰ ਸਾਲ ਇੱਥੇ ਸ਼ਹੀਦੀ ਸਭਾ ਦਾ ਪ੍ਰੋਗਰਾਮ ਸਮਾਗਮ ਜਿਹੜਾ ਕਰਵਾਇਆ ਜਾਂਦਾ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਇਸ ਵੇਲੇ ਅਸੀਂ ਠੰਡੇ ਬੁਰਜ ਸਾਹਿਬ ਤੇ ਮੌਜੂਦ ਹਾਂ ਜਿੱਥੇ ਇੱਕ ਰਾਤ ਦੇ ਲਈ ਦਾਦੀ ਮਾਂ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਵੱਲੋਂ ਸਜ਼ਾ ਵਜੋਂ ਪੋਹ ਦੀ ਕੈਰੀ ਰਾਤ ਵੇਲੇ ਠੰਡੀ ਰਾਤ ਦੇ ਵਿੱਚ ਇੱਥੇ ਕੈਦ ਕਰਕੇ ਰੱਖਿਆ ਗਿਆ ਸੀ ਅਤੇ ਉਸੇ ਦੀ ਯਾਦ ਵਿੱਚ ਅੱਜ ਜਿਹੜਾ ਇੱਥੇ ਗੁਰੂ ਘਰ ਸੁਸ਼ੋਭਿਤ ਹੈ ਉਸ ਸਥਾਨ 'ਤੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪੁੱਜ ਰਹੀਆਂ ਨੇ। ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਕਿ ਲੋਕਾਂ ਦਾ ਵੀ ਇੱਥੇ ਸ਼ਰਧਾ ਦਾ ਹੜ੍ਹ ਜਿਹੜਾ ਆਇਆ ਹੋਇਆ ਹੈ। ਬਹੁਤ ਜ਼ਿਆਦਾ ਠੰਡ ਹੈ ਜਿੱਥੇ ਕਿ ਬੋਲਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ, ਤਾਂ ਅਜਿਹੇ ਵਿੱਚ ਸੰਗਤਾਂ ਵੀ ਇੱਥੇ ਵੱਡੇ ਇਕੱਠ ਦੇ ਰੂਪ ਵਿੱਚ ਮੌਜੂਦ ਨੇ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਜਿਹੜਾ ਉਹ ਕਰ ਰਹੀਆਂ ਨੇ। ਹਾਲਾਂਕਿ ਸ਼ਹੀਦੀ ਸਭਾ ਦੀ ਸ਼ੁਰੂਆਤ ਅੱਜ ਤੋਂ ਹੀ ਹੋਈ ਹੈ, ਪਰ ਸੰਗਤਾਂ ਜਿਹੜੀਆਂ ਬੀਤੇ ਕਈ ਦਿਨਾਂ ਤੋਂ ਇੱਥੇ ਨਤਮਸਤਕ ਹੋਣ ਦੇ ਲਈ ਲਗਾਤਾਰ ਪੁੱਜ ਰਹੀਆਂ ਨੇ। ਤਸਵੀਰਾਂ ਦੇ ਵਿੱਚ ਤੁਸੀਂ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਕਿ ਕਿਵੇਂ ਦੂਰ ਤੱਕ ਜਿਹੜਾ ਤੁਹਾਨੂੰ ਵੱਡਾ ਇਕੱਠ ਇੱਥੇ ਨਜ਼ਰ ਆਵੇਗਾ। ਤੁਹਾਨੂੰ ਫਿਰ ਇੱਕ ਵਾਰ ਤੋਂ ਦੱਸ ਦੇਵਾਂ ਕਿ ਅੱਜ ਤੋਂ ਸ਼ਹੀਦੀ ਸਭਾ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ 3 ਦਿਨ ਲਗਾਤਾਰ ਇੱਥੇ ਸਮਾਗਮ ਧਾਰਮਿਕ ਸਮਾਗਮ ਇੱਥੇ ਚਲਾਏ ਜਾਣਗੇ ਅਤੇ ਠੰਡਾ ਬੁਰਜ ਸਾਹਿਬ ਦੇ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਦੇ ਅੰਦਰ ਵੀ ਧਾਰਮਿਕ ਦੀਵਾਨ ਸਜਾਏ ਗਏ ਨੇ ਜਿੱਥੇ ਕਵੀਸ਼ਰੀ ਅਤੇ ਢਾਡੀ ਜੱਥੇ ਜਿਹੜੇ ਨੇ ਉਹ ਲਗਾਤਾਰ ਸਮਾਗਮਾਂ ਦਾ ਹਿੱਸਾ ਬਣੇ ਹੋਏ ਨੇ ਅਤੇ ਕਥਾ ਵਾਚਕ ਜਿਹੜੇ ਉੱਥੇ ਮੌਜੂਦ ਨੇ। ਸੰਗਤਾਂ ਜਿਹੜੀਆਂ ਬੜੇ ਸ਼ਰਧਾ ਦੇ ਨਾਲ ਇਹਨਾਂ ਦਾ ਸਰਵਣ ਕਰ ਰਹੀਆਂ ਨੇ। ਤਸਵੀਰਾਂ ਦੇ ਵਿੱਚ ਤੁਸੀਂ ਠੰਡੇ ਬੁਰਜ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਲਗਾਤਾਰ ਸੰਗਤਾਂ ਪੁੱਜ ਰਹੀਆਂ ਨੇ ਅਤੇ ਦਰਸ਼ਨ ਕਰ ਰਹੀਆਂ ਨੇ। ਤੁਹਾਨੂੰ ਠੰਡਾ ਬੁਰਜ ਸਾਹਿਬ ਦੇ ਦੂਜੇ ਪਾਸੇ ਤੋਂ ਵੀ ਦਰਸ਼ਨ ਕਰਵਾਵਾਂਗੇ, ਹੋ ਸਕੇ ਤਾਂ ਇੱਥੇ ਮੌਜੂਦ ਸੰਗਤਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਸੰਗਤਾਂ ਤੁਸੀਂ ਦੇਖ ਸਕਦੇ ਹੋ ਕਈ ਜਿਹੜੀਆਂ ਇੱਥੇ ਯਾਦ ਦੇ ਵਿੱਚ ਮੌਜੂਦ ਨੇ ਅਤੇ ਉਸ ਪਲ ਨੂੰ ਉਸ ਸਮੇਂ ਨੂੰ ਯਾਦ ਕਰ ਰਹੇ ਨੇ ਅਤੇ ਇਸੇ ਦੌਰਾਨ ਸਾਡੇ ਨਾਲ ਇੱਕ ਇੱਥੇ ਭਾਈ ਸਾਹਿਬ ਵੀ ਮੌਜੂਦ ਨੇ ਜੋ ਇਸ ਸਾਕੇ ਨੂੰ ਲੈ ਕੇ ਸੰਦੇਸ਼ ਦੇ ਰਹੇ ਨੇ। ਆਪਣੇ ਕਵਿਤਾ ਰਾਹੀਂ ਗੱਲਬਾਤ ਕਰਾਂਗੇ। ਪਹਿਲਾਂ ਤਾਂ ਭਾਈ ਸਾਹਿਬ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਦਿਓ, ਕੀ ਨਾਮ ਹੈ ਅਤੇ ਕਿੱਥੋਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ, ਦਾਸ ਦਾ ਨਾਮ ਭਾਈ ਸੁਖਜੀਤ ਸਿੰਘ ਖਾਲਸਾ, ਜੋ ਦਾਸਾਂ ਦਾ ਕਵੀਸ਼ਰੀ ਜਿੱਥੇ ਆਇਆ ਜੀ, ਅਤੇ ਆਪ ਜੀ ਨੂੰ ਜੋ ਆਪ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਦਾਰੇ ਕਰ ਰਹੇ ਹੋ। ਇਹ ਗੁਰਦੁਆਰਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਕੁਰਬਾਨੀ ਦਿੱਤੀ, ਜਿੱਥੇ ਆਪ ਜੀ ਜਾਣ 'ਤੇ ਹੋ ਗਏ, ਜਿੱਥੇ ਠੰਡਾ ਬੁਰਜੇ ਸ਼ਹੀਦ ਕੜਦੀ ਸਰਦੀ ਮਾਤਾ ਗੁੱਜਰ ਕੌਰ ਜੀ ਉਹ ਛੋਟੇ ਸਾਹਿਬਜ਼ਾਦੇ ਇੱਥੇ ਕੈਦ ਸੀ, ਅਤੇ ਮਾਤਾ ਗੁੱਜਰ ਕੌਰ ਜੀ ਜਿਹੜੇ ਨੇ ਉਹ ਇੱਥੇ ਉਹਨਾਂ ਦੀ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਫਤਿਹਗੜ੍ਹ ਸਾਹਿਬ ਜਿੱਥੇ ਆਪ ਜੀ ਭੋਰਾ ਸਾਹਿਬ ਦੇ ਦਰਸ਼ਨ ਕਰਦੇ ਉੱਥੇ ਉਹਨਾਂ ਦੀ ਸ਼ਹੀਦੀ ਹੋਈ, ਅਤੇ ਇੱਥੇ ਮਾਤਾ ਗੁੱਜਰ ਕੌਰ ਜੀ ਠੰਡੇ ਬੁਰਜ 'ਚ ਠੰਡ ਨਾ ਸਹਾਰਦੇ ਹੋਏ ਇੱਥੇ ਸੱਚਖੰਡ ਪਿਆਨਾ ਕਰ ਗਏ। ਸੋ ਜੋ ਛੋਟੇ ਸਾਹਿਬਜ਼ਾਦਿਆਂ ਦੀ ਕਵਿਤਾ ਜੋ ਆਪ ਜੀ ਨੂੰ ਮੈਂ ਸਰਵਣ ਕਰਾਵਾਂਗਾ, ਆਪ ਜੀ ਬੜੇ ਇਕਾਗਰ ਚਿੱਤ ਨਾਲ ਸਰਵਣ ਕਰਨਾ, ਕਿਸ ਤਰ੍ਹਾਂ ਵਜ਼ੀਰ ਖਾਂ ਸੂਬੇ ਦੀ ਕਚਹਿਰੀ ਛੋਟੇ ਸਾਹਿਬਜ਼ਾਦੇ ਪੇਸ਼ ਹੁੰਦੇ ਨੇ, ਕਿਸ ਤਰ੍ਹਾਂ ਉਹ ਜਾਨਾਂ ਦੇਵਾਂਗੇ ਧਰਮ ਉੱਤੋਂ ਵਾਰ ਹੋਏ, ਕਿਸ ਤਰ੍ਹਾਂ ਉਹ ਕਵਿਤਾ ਦੇ ਵਿੱਚ ਹੀ ਆਪ ਜੀ ਨੂੰ ਰੂਬਰੂ ਆਪਣੇ ਆਪ ਹੀ ਤੁਹਾਨੂੰ ਸਮਝ ਲੱਗ ਜਾਏ ਵੀ ਕੀ ਕਵਿਤਾ ਦੇ ਵਿੱਚ ਹੀ, ਅਤੇ ਕਿਸ ਤਰ੍ਹਾਂ ਉਹ ਕਵਿਤਾ ਦੇ ਵਿੱਚ ਬਿਆਨ ਕਰਦੇ ਨੇ। ਜੋ ਦੇ ਚਿੰਨ 'ਤੇ ਤੂੰ ਵਿੱਚ 'ਚ ਦੀਵਾਰ ਹੋਏ, ਅੱਸਾਂ ਨਹੀਂ ਤੇਰੀ ਇਨ ਮੰਨੀ, ਜਾਨਾਂ ਦੇਵਾਂਗੇ ਧਰਮ ਉੱਤੋਂ ਵਾਰ ਹੋਏ, ਅੱਸਾਂ ਨਹੀਂ ਤੇਰੀ ਇਨ ਮੰਨੀ। ਜਿਸ ਤਰ੍ਹਾਂ ਉਹਨਾਂ ਨੇ ਆਪਣੀ ਲਸਾਨੀ ਕੁਰਬਾਨੀ ਕਿਸ ਤਰ੍ਹਾਂ ਉੱਥੇ ਵਜ਼ੀਰ ਖਾਂ ਦੇ ਜਾ ਕੇ ਉਹਨਾਂ ਨੇ ਨਾਅਰੇਬਾਜ਼ੀ ਕੀਤੀ, ਜਕਾਰੇ ਲਾਏ, ਉਸ ਸੰਬੰਧ ਵਿੱਚ ਆਪ ਜੀ ਕਵਿਤਾ ਸੁਣਨਾ, ਕਿਸ ਤਰ੍ਹਾਂ ਉਹਨਾਂ ਦੀ ਕੁਰਬਾਨੀ ਹੋਈ। ਸੂਰਾ ਸੋ ਪਹਿਚਾਨੀ ਹੈ ਝੂਲਰ ਦੀਨ ਕਹੇ ਤੁਰਜਾ ਪੁਰਜਾ ਕਟ ਮਰੈ ਕਬਹੂ ਨਾ ਚਾਡ ਖੇਤ, ਜੋ ਦੇ ਚਿਣ ਤੇ ਤੂੰ ਵਿੱਚ ਚ ਦਵਾਰ ਹੋਏ, ਅਸਾਂ ਨੀ ਤੇਰੀ ਨ ਮੰਨਣੀ, ਜਾਨਾਂ ਦਿਆਂਗੇ ਧਰਮ ਉਤਵਾਰ ਹੋਏ, ਅਸਾਂ ਨੀ ਤੇਰੀ ਨ ਮੰਨਣੀ, ਜਾਨਾਂ ਦਿਆਂਗੇ ਧਰਮ ਉਤਵਾਰ ਹੋਏ, ਅਸਾਂ ਨੀ ਤੇਰੀ ਨ ਮੰਨਣੀ। ਬੋਲੇ ਗੁਰੂ ਦੇ ਦਲਾਰਿਆਂ ਅੱਗੋਂ ਹੱਸ ਕੇ,
ਕਦੇ ਮੁੱਤ ਤੋਂ ਨਹੀਂ ਜਾਂਦੇ ਸ਼ੇਰ ਰਸ ਕੇ, ਬੋਲੇ ਗੁਰੂ ਦੇ ਦਲਾਰੇ ਅੱਗੋਂ ਹੱਸ ਕੇ। ਕਦੇ ਮੌਤ ਤੋਂ ਨਹੀਂ ਜਾਂਦੇ ਚਿਰ ਰਸ ਕੇ, ਹੁੰਦਾ ਮੌਤ ਨਾਲ ਹੁੰਦਾ ਮੌਤ ਨਾਲ ਸਿੰਘਾਂ ਨੂੰ ਪਿਆਰ ਹੋਏ। ਸਾਨੀ ਤੇਰੀ ਨ ਮੰਨਣੀ ਜਾਨਾ ਦਿਆਂਗੇ, ਧਰਮ ਉਤਵਾਰ ਹੋਏ। ਸਾਨੀ ਤੇਰੀ ਇਨ ਮੰਨਣੀ ਨਿੱਕੇ ਵੀਰ ਅਸੀਂ ਅਜੀਤ ਤੇ ਜੁਜ਼ਾਰ ਦੇ। ਵਿੱਚ ਜੰਗ ਦੇ ਕਦੇ ਨਾ ਜਿਹੜੇ ਹਾਰ ਦੇ, ਨਿੱਕੇ ਵੀਰ ਅਸੀਂ ਅਜੀਤ ਤੇ ਜੁਜ਼ਾਰ ਦੇ। ਵਿੱਚ ਜੰਗ ਦੇ ਕਦੇ ਨਾ ਜਿਹੜੇ ਹਾਰ ਦੇ, ਖਾ ਕੇ ਆ ਗਿਆ ਖਾ ਕੇ ਆ ਗਿਆ ਜਿਨ੍ਹਾਂ ਤੋਂ ਵੀ ਹਾਰ ਹੋਏ। ਸਾਨੀ ਤੇਰੀ ਇਨ ਮੰਨਣੀ ਜਾਨਾ ਦਿਆਂਗੇ, ਧਰਮ ਉਤਵਾਰ ਹੋਏ। ਸਾਨੀ ਤੇਰੀ ਇਨ ਮੰਨਣੀ ਅਸੀਂ ਪੁੱਤਰਿਆਂ ਉਸ ਨੌਵੇਂ ਪੀਰ ਦੇ, ਜਿਹਨੇ ਗਣ ਲਾਏ ਹਿੰਦੂ ਕੱਛ ਮੀਰ ਦੇ। ਅਸੀਂ ਪੋਤਰਿਆਂ ਉਸ ਨੌਵੇਂ ਪੀਰ ਦੇ, ਜਿਹਨੇ ਗਣ ਲਾਏ ਹਿੰਦੂ ਕੱਛ ਮੀਰ ਦੇ। ਹੁੰਦਾ ਮੌਤ ਨਾਲ ਹੁੰਦਾ ਮੌਤ ਨਾਲ ਸਿੰਘਾਂ ਨੂੰ ਪਿਆਰ ਹੋਏ। ਸਾਨੀ ਤੇਰੀ ਨ ਮੰਨਣੀ ਜਾਨਾ ਦਿਆਂਗੇ, ਧਰਮ ਉਤਵਾਰ ਹੋਏ। ਸਾਨੀ ਤੇਰੀ ਇਨ ਮੰਨਣੀ ਜਾਨਾ ਦਿਆਂਗੇ, ਧਰਮ ਉਤਵਾਰ ਹੋਏ। ਸਾਨੀ ਤੇਰੀ ਇਨ ਮੰਨਣੀ ਸਾਨੀ ਤੇਰੀ ਇਨ ਮੰਨਣੀ ਸਾਨੀ ਤੇਰੀ ਇਨ ਮੰਨਣੀ ਹੋ। ਸੋ ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਹੋਏ ਸਾਧ ਸੰਗਤ ਜੀ। ਇਸ ਤਰ੍ਹਾਂ ਜਾਂਦੇ ਸੀ ਕਚਹਿਰੀ ਦੇ ਵਿੱਚ, ਕਿਸ ਤਰ੍ਹਾਂ ਉਹ ਜਕਾਰੇ ਲੈਂਦੇ ਸੀ, ਇਸ ਤਰ੍ਹਾਂ ਇਹ ਕਵਿਤਾ ਦਾ ਇਹ ਤੁਹਾਨੂੰ ਸਰਵਣ ਕਰਾਈ ਸੰਗਤ ਜੀ। ਇਸ ਤਰ੍ਹਾਂ ਉਹ ਸਾਹਿਬਜ਼ਾਦੇ ਕਿੱਦਾਂ ਜੰਗ ਵਿੱਚ ਜਕਾਰੇ ਲਿਆਉਂਦੇ ਨੇ ਕਿ ਆਪਾਂ ਧਰਮ ਦੇ ਆਪਣੇ ਧਰਮ ਵਿੱਚ ਪੱਕੇ ਰਹਾਂਗੇ, ਆਪਾਂ ਆਪਣੇ ਮੁਸਲਮਾਨ ਧਰਮ ਵਿੱਚ ਨਹੀਂ ਹੋਵਾਂਗੇ, ਆਪਣੇ ਧਰਮ ਵਿੱਚ ਪੱਕੇ ਰਹਾਂਗੇ, ਜਾਨਾਂ ਦੇਵਾਂਗੇ, ਧਰਮ ਉੱਤੋਂ ਵਾਰ ਹੋਏ, ਅਸਾਨੀ ਤੇਰੀ ਇਨ ਮੰਨੀ। ਸੋ ਆਪ ਜੀ ਨੂੰ ਕਵਿਤਾ ਕਿਸ ਤਰ੍ਹਾਂ ਦੀ ਲੱਗੀ, ਆਪ ਜੀ ਵੱਧ ਤੋਂ ਵੱਧ ਇਸ ਕਵਿਤਾ ਨੂੰ ਮਾਣ ਬਖਸ਼ਿਓ। ਤੋ ਜੋ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਔਰ ਮਾਤਾ ਗੁਜਰ ਦੀ ਕੋਟ ਕੋਟ ਪ੍ਰਣਾਮ ਦਾਸ ਦੇ ਕੁਈਸ਼ਰੀ ਜਥੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇੱਕ ਵਾਰ ਜਿਹੜਾ ਕਵਿਤਾ ਰਾਹੀਂ ਪੂਰਾ ਸਾਕਾ ਯਾਦ ਕਰਵਾ ਦਿੱਤਾ। ਇੱਥੇ ਸਾਡੇ ਨਾਲ ਬੱਚੇ ਵੀ ਮੌਜੂਦ ਨੇ, ਬੱਚੀ ਸਾਡੇ ਨਾਲ ਮੌਜੂਦ ਹੈ। ਕੀ ਨਾਮ ਹੈ ਤੁਹਾਡਾ? ਹਰਗੁਣ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਿਸ ਅਸਥਾਨ ਤੇ ਪਹੁੰਚੇ ਹੋਏ ਹੋ? ਬੇਟਾ ਕਵਿਤਾ ਸੁਣਾਓ ਬਿਰਲਾ ਜੋਧਾ। ਗੁਰੂ ਪਿਆਰੀ ਸੰਗਤ ਜੀ, ਮੈਂ ਹਰਗੁਣ ਕੌਰ ਆਪ ਜੀ ਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਵਿਰਲਾ ਯੋਧਾ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਬੁਲਾਓ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਦੜ ਫਿਰਦੇ ਨਸ਼ੇ ਦੀ ਖੱਲ ਪਾ ਕੇ, ਦਿਲ ਛੋਟੇ ਤੇ ਸ਼ੇਰ ਵਾਲੀ ਗਰਜ ਹੈ ਨੀ, ਖਾਦੇ ਉੱਚੀ ਥਾਂ ਤੇ ਡਿੰਗਾ ਮਾਰਦੇ ਨੇ, ਗੀਤ ਮੌਤ ਦੇ ਗਾਉਣ ਦੀ ਤਰਜ ਹੈ ਨੀ, ਸਿੰਘ ਧਰੇ ਨੀ ਦੋ ਫਾੜ ਹੋ ਗਏ ਸੀ, ਖੂਨ ਸਿੰਘਾਂ ਦਾ ਆ ਰਹੇ ਤੇ ਦੇਖ ਲੈਣਾ, ਕਈ ਮੋਹਨ ਨੂੰ ਦੇਖ ਰੋਂਦੇ ਤੜਫਦੇ ਨੇ, ਪਰ ਨੂਰ ਜ਼ੋਰਾਵਰ ਫਤਿਹ ਤੇ ਦੇਖ ਲੈਣਾ, ਜੇ ਕਾਰੇ ਛੱਡੂਗਾ ਸਿੰਘ ਦਸਮੇਸ਼ ਜੀ ਦਾ, ਸਰੀਰ ਆਤਮਾ ਨਾਲੋਂ ਜਦੋਂ ਨਿਖੜੇਗਾ, ਗੱਲਾਂ ਕਰਦੇ ਖਾਲਸੇ ਰਾਜ ਦੀਆਂ, ਪਰ ਕੋਈ ਵੀ ਲਾ ਮੈਦਾਨ ਵਿੱਚ ਨਿਤਰੇਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਗੀ ਗੱਲ ਹੈ ਕਿ ਜਿਹੜੇ ਮਾਪੇ ਨੇ ਉਹ ਬੱਚਿਆਂ ਨੂੰ ਅਜਿਹੀਆਂ ਥਾਵਾਂ 'ਤੇ ਲੈ ਕੇ ਆਉਂਦੇ ਨੇ ਤਾਂ ਕਿ ਉਹ ਅਜਿਹੇ ਜੀਵਨ ਤੋਂ ਜੋ ਗੁਰੂ ਸਾਹਿਬ ਨੇ ਜੀਵਨ ਬਤੀਤ ਕੀਤੇ ਨੇ ਅਤੇ ਅਜਿਹੋ ਜਿਹੀਆਂ ਨਿੱਕੀਆਂ ਜਿੰਦਾਂ ਵੱਡਾ ਸਾਕਾ ਜਿਹੜੀਆਂ ਉਹ ਕਰ ਗਈਆਂ ਸਨ, ਅਤੇ ਉਸ ਜੀਵਨ ਤੋਂ ਅੱਜ ਕੱਲ੍ਹ ਦੇ ਬੱਚੇ ਵੀ ਕੁਝ ਨਾ ਕੁਝ ਸੇਧ ਜ਼ਰੂਰ ਲੈ ਸਕਣ।
ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸਰੂਚੀ, ਗੁਰਦੁਆਰਾ ਸ਼੍ਰੀ ਠੰਡਾ ਬੁਰਜ ਸਾਹਿਬ, ਫਤਿਹਗੜ੍ਹ ਸਾਹਿਬ।